ਤੇ ਇਨਸ਼ਾਅੱਲਾ ਨਾਲੇ ਉਹਨਾਂ ਨਾਲ ਇਸ ਦਰਬਾਰ ਚ ਤੁਹਾਨੂੰ ਸ਼ਫਾਇਤ ਮਿਲੇਗੀ ਕਿਉਂ ਜੀ ਆ ਪਿਆਰੇ ਦੋਸਤੋ ਇਹ ਚੌਥਾ ਪਲ ਦੱਸਾਂਗਾ ਬੋਲ ਗਿਆ ਬਿਸਮਿਲ੍ਲਾਹਿਰਰਹਿਮਾਨਿਰਰਹੀਮ ਅਸਲਾਮੁ ਅਲੈਕੁਮ ਪਿਆਰੇ ਦੋਸਤੋ ਸੱਜਣੋ ਦੇ ਬਜ਼ੁਰਗੋ ਅੱਜ ਬੜੀ ਇੰਟਰਸਟਿੰਗ ਮੀਟਿੰਗ ਹੋਣ ਵਾਲੀ ਹੈ ਅਰਸ਼ਦ ਬਾਬਾ ਜੀ ਤੁਹਾਡੀ ਗੱਲ ਵਿੱਚ ਹਾਜ਼ਰ ਮੇਰੇ ਨਾਲ ਆਮਨਾਸ਼ ਤੇ ਅੱਜ ਤੁਹਾਨੂੰ ਇੱਕ ਉਹ ਚੀਜ਼ ਦੱਸਣਾ ਤੇ ਜਿਹੜੀ ਬਹੁਤ ਕੰਮ ਦੀ ਤੇ ਬਹੁਤ ਫਾਇਦੇਮੰਦ ਹੈ ਪਿਆਰੇ ਦੋਸਤੋ ਬਲਬ ਸਾਡੇ ਕੀ ਇਹਦੇ ਨੇ 4.5 ਮੁੰਡੇ ਉਹਦੇ ਚਾਹੀ ਦੁਕਾਨ ਤੇ ਬਲਬ ਲੈਣ ਆਉਂਦਾ ਨੇ ਤੇ ਉਹਨਾਂ ਨੇ ਆਖਿਆ 250 ਬਲਬ ਮਿਲੇਗਾ ਤੇ ਮੁੰਡਾ ਆ ਗਿਆ ਘਰ 250 ਦਾ ਬਲਬ ਜਨਾਬ 250 ਦਾ 220 ਰੁਪਏ ਦਾ 30 ਰੁਪਏ ਦਾ ਜਿੱਥੇ ਟੋਕਾ ਵਜੇ ਠੱਸ ਵੀ ਦਾ ਮਾਰ ਦਿੰਦੇ ਇਹਦੀ ਗਰੰਟੀ ਮੁੱਕ ਜਾਂਦੀ ਆ ਤੇ ਗਰੰਟੀ ਅਗਰ ਨਾ ਮੁੱਕੇ ਤੇ ਡੱਬਾ ਪਾ ਫਟ ਜਾਂਦਾ ਜਦੋਂ ਜਾਂ ਗਵਾਚ ਜਾਂਦਾ ਅਗਲੇ ਆਦਮੀ ਜੀ ਡੱਬਾ ਕਿੱਥੇ ਜਿਹੜਾ ਜੇ ਡੱਬਾ ਨਾਲ ਲੈ ਕੇ ਜਾਓ ਤੇ ਮੇਰੇ ਨੰਬਰ ਬੰਦੇ ਹੁੰਦੇ ਨੇ ਉਹਨਾਂ ਨੂੰ ਅਗਲੇ ਗੱਲ ਸੁਣਾਉਂਦੇ ਨੇ ਕਿ ਤੁਹਾਡਾ ਇਹ ਡੱਬਾ ਦੇ ਵਿੱਚ ਹੈ ਇਹ ਹੋਰ ਹੈ ਇਹਦਾ ਡੱਬਾ ਇਸ ਤਰ੍ਹਾਂ ਦਾ ਡੱਬਾ ਨਹੀਂ ਇਹਦਾ ਨੰਬਰ ਹੀ ਨਹੀਂ ਰਹਿੰਦਾ ਠੀਕ ਹੈ ਜੋ ਜਿੱਥੇ ਇੰਨੇ ਡੱਬੇ ਸਮਝੋ ਕੀ ਪਤਾ ਬਲਬ ਹੋਈ ਦਾ ਇਹਦੇ ਡੱਬੇ ਪਾ ਕੇ ਤੇ ਉਹ ਜ਼ਰੂਰ ਚਲਾਉਂਦਾ ਹੁੰਦਾ ਅਗਲੇ ਆਦਮੀ ਨੰਬਰ ਹੀ ਲੜਦਾ ਹੁਣ ਕਿ ਜਿੰਨੇ ਮਰਜ਼ੀ ਸਾਈਡ ਬੰਦਾ ਤੱਕਿਆ ਦਾ ਚੱਲਦਾ ਹੀ ਤੇ ਪਿਆਰੇ ਦੋਸਤੋ ਇਹ 5 ਮਿੰਟਾਂ ਦੇ ਠੀਕ ਹੋ ਜਾਂਦਾ ਜੇ ਮੈਂ ਤਜਰਬਾ ਕੀਤਾ ਤੇ ਤਜਰਬਾ ਕਰਕੇ ਤੇ ਮੈਂ ਆਪ ਹੁਣ ਆਪਣੇ ਪਿਆਰੇ ਦੋਸਤਾਂ ਨੂੰ ਦੱਸ ਰਿਹਾ ਤਾਂ ਇਹਨਾਂ ਦੇ ਕੀ ਫਾਲਟ ਤੇ ਕਿਵੇਂ ਨਿਕਲਦਾ ਮੇਰੇ ਪਿਆਰੇ ਦੋਸਤੋ ਤੁਸੀਂ ਆਪਣੇ ਘਰ ਦੇ ਵਿੱਚ ਬਣਾ ਸਕਦੇ ਹੋ ਇਹ ਬਲਬ ਬਣਾ ਵੀ ਸਕਦੇ ਹੋ ਉਹ ਤੁਹਾਨੂੰ ਮੈਂ ਬਾਅਦ ਵਿੱਚ ਦੱਸਾਂਗਾ ਖਰਾਬ ਹੋਏ ਤੇ ਠੀਕ ਕਰਨੇ ਮੈਂ ਤੁਹਾਨੂੰ ਹੁਣੇ ਲਗਾ ਜੀ ਦੱਸਾਂ ਠੀਕ ਹੈ ਤੇ ਇਹ ਲਈ ਦੇਖੋ ਕਿ ਇਹਨੂੰ ਠੀਕ ਕਿਵੇਂ ਕਰਨਾ ਤੇ ਕਿੰਨੀ ਛੇਤੀ ਕਰਨਾ ਇਹਨੂੰ ਖੋਲਣ ਵਾਸਤੇ ਕੋਈ ਏਡੀ ਚੀਜ਼ ਦੀ ਵੀ ਕੋਈ ਜ਼ਰੂਰਤ ਨਹੀਂ ਹੈ ਖਾਸ ਦੀ ਸਿਰਫ ਇਹੋ ਜਿਹੀ ਇੱਕ ਚਿਮਟੀ ਲੈ ਲਿਓ ਕਿਉਂਕਿ ਤੁਹਾਨੂੰ ਪਤਾ ਲੱਗ ਸਕੇ ਕਿ ਸੜਿਆ ਜਾਂ ਨਹੀਂ ਅੱਛਾ ਇਹਦੇ ਵਾਸਤੇ ਜਿਹੜਾ ਨਾ ਇਹਨੂੰ ਅਸੀਂ ਖੋਲਾਂਗੇ ਪਹਿਲੇ ਬਿਸਮਿਲ੍ਲਾਹਿਰਰਹਿਮਾਨਿਰਰਹੀਮ ਇਹ ਐਂਟ ਕਰਕੇ ਜ਼ੋਰ ਮਾਰੋਗੇ ਤੇ ਇਹ ਦੰਦੇ ਅੜੇ ਹੁੰਦੇ ਨੇ ਨਿਕਲ ਜਾਣਗੇ ਕਈਆਂ ਨੂੰ ਚੂੜੀ ਵੀ ਨਹੀਂ ਲੱਗਦੀ ਲਹਿਦਾ ਲਹਿਦਾ ਕੰਪਨੀਆਂ ਹੁੰਦੀਆਂ ਸਾਡੇ ਕੋਲ 2 ਕੰਪਨੀਆਂ ਦੇ ਬਲਬ ਦੋਨਾਂ ਕੰਪਨੀਆਂ ਦੇ ਠੀਕ ਕਰਨੇ ਦੱਸਣੇ ਆ ਇਹ ਦੇਖੋ ਦੋਸਤੋ ਇਹਦੇ ਵਿੱਚ ਦਾਣੇ ਨੇ ਇਹਨਾਂ ਦੇ ਵਿੱਚੋਂ ਇੱਕ ਦਾਣਾ ਸੜ ਜਾਂਦਾ ਹੈ ਤੇ ਸਾਰਾ ਬਲਬ ਬੇਕਾਰ ਹੋ ਜਾਂਦਾ ਪਤਾ ਨਹੀਂ ਲੱਗਦਾ ਵੀ ਇਹਨੂੰ ਫਾਲਟ ਕੀ ਹੈ ਤੇ ਨਾ ਹੀ ਆਮ ਸਾਡੇ ਘਰਾਂ 'ਚ ਪਤਾ ਹੈ ਇਹ ਜੀ ਇਹਦੇ ਵਿੱਚ ਇਹ ਇੱਕ ਦਾਣਾ ਸੜਿਆ ਦਾ ਸ਼ਾਇਦ ਕੈਮਰੇ ਦੀ ਅੱਖ ਨਾਲ ਤੁਹਾਨੂੰ ਨਾ ਲੱਭਦਾ ਹੋਏ ਜਦੋਂ ਤੁਸੀਂ ਆਪੇ ਜ਼ਰਾ ਧਿਆਨ ਨਾਲ ਵੇਖੋਗੇ ਥੋੜ੍ਹਾ ਜਿਹਾ ਮਾਮੂਲੀ ਹਰਾ ਜਿਹਾ ਕਾਲਾ ਜਿਹਾ ਨਿਸ਼ਾਨ ਹੋਇਆ ਹੁੰਦਾ ਪਤਾ ਲੱਗ ਜਾਂਦਾ ਇਹ ਸਾਡਾ ਇਹ ਦਾਣਾ ਸੜਿਆ ਦਾ ਔਰ ਇਹ 1 ਮਿੰਟ ਦੇ ਵਿੱਚ ਠੀਕ ਹੋ ਜਾਂਦਾ ਇਹ ਪਿਆਰੇ ਦੋਸਤੋ ਇਹ ਸਾਡੇ ਕੋਲ ਤਾਲ ਹੈ ਇਹ ਸਾਡੇ ਕੋਲ ਹੋਲਡਰ ਹੈ ਇਹਨੂੰ ਅਸੀਂ ਲਾਣਿਆ ਹੁਣ ਨਹੀਂ ਇਹ ਐਥੇ 220 ਵੋਲਟ ਦੇ ਵਿੱਚ ਇਹ ਜਿਹੜੀ ਕਿ ਜਿੱਤੇ ਪੱਖਾ ਇਸਤਰੀ ਜੋ ਵਿੱਚ ਆ ਜੋ ਤੀ ਸ਼ੁਰੂ ਦਾ ਇਹਦਾ ਸਟੈਂਸ਼ਨ ਜੀ ਬਣਵਾ ਕੇ ਇਹ ਲਾ ਲਿਆ ਇਹ ਲਾ ਕੇ ਤੇ ਹੁਣ ਅਸੀਂ ਇਹਦੇ ਵਿੱਚ ਲਾ ਲੈਣਾ ਇਹ ਬਲਬ ਮੇਰੇ ਪਿਆਰੇ ਦੋਸਤੋ ਕੋਈ ਖਤਰਾ ਨਹੀਂ ਹੁੰਦਾ ਇਹਨੂੰ ਅਗਰ ਕੰਮ ਕਰਨ ਦੇ ਵਿੱਚ ਹੱਥ ਲੱਗ ਵੀ ਜਾਏ ਤੇ ਕੋਈ ਖਤਰਾ ਨਹੀਂ ਹੁੰਦਾ ਜਿਹੜਾ ਇਹਦੇ ਵਿੱਚ ਸਿਸਟਮ ਲਗਾਉਂਦਾ ਹੁੰਦਾ ਨਾ ਇਹਨੂੰ ਕਨਵਰਟ ਕਰਨ ਵਾਲਾ ਉਹ ਥੋੜ੍ਹਾ ਕਰੰਟ ਦਿੰਦਾ 4-5 ਵੋਲਟ ਅੱਗੇ ਦਿੰਦਾ ਠੀਕ ਹੈ ਉਹਦੇ ਵਿੱਚ ਕੋਈ ਸ਼ਾਰਟ ਨਹੀਂ ਖਾਂਦੀ ਬੜਾ ਤੇ ਇਹਦੇ 12 ਵੋਲਟ ਦੇ ਦੇਗਾ ਦੇਖੋ ਸੋਚ ਲਾਇਆ ਨਾ ਇਹ ਇਹ ਦੇ ਫੋਨ ਨੰਬਰ ਦਾ ਦੇ ਦਿੰਦਾ ਇਹ ਵਿੱਚ ਬੰਦ ਕਰ ਲਿਆ ਹੁਣ ਮੈਂ ਤੁਹਾਨੂੰ ਦੱਸਣ ਲੱਗਾ ਕਿ ਇਹਨੂੰ ਕਿਵੇਂ ਜਿਹੜਾ ਚੈੱਕ ਕਰਨਾ ਇਹ ਵੇਖੋ ਇਹ ਸਾਡਾ ਦਾਣਾ ਸੜਿਆ ਨੇ ਇੱਕ ਉਹਨੂੰ ਐਂਜ ਕਰਕੇ ਝੂਠ ਪਾਈ ਹੈ ਹੈ ਚਿਮਟੀ ਪਾਣੀ ਦੇ ਬਲ ਗਿਆ ਜੀ ਠੀਕ ਹੈ ਇਹ ਰੋਸ਼ਨੀ ਹੋ ਗਈ ਠੀਕ ਹੋ ਗਿਆ ਇਹਨੂੰ ਹੁਣ ਅਸੀਂ ਕਿਵੇਂ ਚਾਲੂ ਕਰਨਾ ਉਹ ਤੁਹਾਨੂੰ ਵਿਖਾਉਂਦੇ ਹਾਂ ਇਹ ਦੋਸਤੋ ਇਹਨੂੰ ਲੱਗਾ ਇਹ ਵਿੱਚ ਇਹ ਉੱਤੇ ਰੋਗਨ ਹੋਇਆ ਦਾ ਠੀਕ ਹੈ ਇਹ ਤੁਸੀਂ ਵੇਖਣਾ ਕਿ ਟਾਂਕਾ ਲਾਉਣਾ ਬੜਾ ਆਸਾਨ ਹੈ ਇਹ ਵੇਖੋ ਇਹਨੂੰ ਤੁਸੀਂ ਇਹ ਕਤਰਾ ਹਰਾ ਛਿੱਲ ਲੈਣਾ ਇਹ ਥੋੜ੍ਹਾ ਜਿਹਾ ਇੱਧਰੋਂ ਛਿੱਲ ਕੇ ਦੇਖ ਲੈਣਾ ਪਹਿਲੇ ਇੱਕ ਸਾਈਡ ਦੇ ਦੇਖ ਲਈਏ ਛਿੱਲ ਕੇ ਜੇ ਚੱਲ ਗਿਆ ਤਾਂ ਓਕੇ ਨਹੀਂ ਤਾਂ ਫਿਰ ਦੂਸਰੀ ਸਾਈਡ ਛਿੱਲ ਲੈਣੀ ਇਹ ਥੋੜ੍ਹਾ ਜਿਹਾ ਦੇਖੋ ਨਾ ਮੈਂ ਇਹ ਥੋੜ੍ਹਾ ਜਿਹਾ ਦਾਗ ਲਾਇਆ ਬਲਕਿ ਇਹਨੂੰ ਮੂੰਹ 'ਚੋਂ ਰੱਖ ਕੇ ਲਾ ਦਿੰਦਾ ਇਹ ਇੱਥੋਂ ਦਾਗ ਲਾ ਦਿੰਦਾ ਇਹ ਦੇਖੋ ਦਾਗ ਨਾਲ ਲਾਇਆ ਤਾਂ ਚੱਲ ਗਿਆ ਇਹ ਅਸੀਂ ਐਸੇ ਸਾਈਡ 'ਤੇ ਦਾਗ ਲਾ ਦੇਣਾ ਇਸ ਸਾਈਡ 'ਤੇ ਇਹਨੂੰ ਇੱਥੋਂ ਛਿੱਲ ਲੈਣਾ ਥੋੜ੍ਹਾ ਜਿਹਾ ਇਹ ਇੰਜ ਇਹ ਇਹਨੂੰ ਛਿੱਲ ਲਿਆ ਹੁਣ ਅਸੀਂ ਇੱਥੇ ਲਾਉਂਦੇ ਹਾਂ ਟਾਂਕਾ ਇਹ ਕਾਵਿਆ ਸਾਡਾ ਗਰਮ ਹੋ ਗਿਆ ਜੀ ਇਹ ਇਨਸ਼ਾਅੱਲਾ ਹੁਣ ਟਾਂਕਾ ਲੱਗੇਗਾ ਇਹ ਜੀ ਕੋਈ ਵੀ ਚੀਜ਼ ਤੁਸੀਂ ਲੈ ਲੈਂਦੇ ਹੋ ਤਾਰ ਜਿਹੜੀ ਕੱਪੜੀ ਕੋਈ ਵੀ ਤਾਰ ਲੈ ਲੈਂਦੇ ਹੋ ਉਹਦੇ 'ਚ ਵੀ ਇੱਕ ਤੰਦ ਫੜ ਲੈਂਦੇ ਹੋ ਮਾਸਾ ਜੀ ਠੀਕ ਹੈ ਜਿਵੇਂ ਕਿ ਇਹ ਦੇਖੋ ਕਾਵੀ ਤਾਰਾਂ ਦੇ ਵਿੱਚ ਇੱਕ ਤੰਦ ਲਾ ਗਈ ਬਸ ਜ਼ਿਆਦਾ ਇਸ ਤਰ੍ਹਾਂ ਦੀ ਕੋਈ ਤਾਰ ਨਾ ਲਿਓ ਉਹਦੇ ਵਿੱਚੋਂ ਇਹ ਇੱਕ ਤੰਦ ਕੱਢ ਕੇ ਲਾ ਲੈਣੀ ਹੈ ਠੀਕ ਹੋ ਗਿਆ ਇਹ ਵੇਖਿਓ ਹੁਣ ਕਿਵੇਂ ਲਾਉਂਦੇ ਹਾਂ ਜੀ ਦੇਖਿਓ ਜਰਾ ਹੈਲੋ ਇਹ ਘਰੀ ਲਾ ਲਿਆ
ਇਹ ਦੋਨਾਂ ਸਾਈਡਾਂ 'ਚ ਥੋੜ੍ਹੀ ਥੋੜ੍ਹੀ ਕਲੀ ਲਾ ਕੇ ਅਤੇ ਇਹ ਇੰਝ ਕਰਕੇ ਟਾਂਕਾ ਇਹਦੇ ਦਰਾਜ਼ ਦੇ ਨਾਲ ਤਾਰ ਦੇ ਇੱਧਰ ਲੱਗ ਗਈ ਦੂਸਰੀ ਇੱਧਰ ਲਾ ਲੈਣੀ ਇਹਨੂੰ ਬਲਬ ਨੂੰ ਬੰਦ ਕਰਾਂਗੇ ਪਿੱਛੋਂ ਲੈ ਬਲਬ ਸਾਡਾ ਚੱਲਦਾ ਹੀ ਰਹਿ ਗਿਆ ਇਹਨੂੰ ਅਸੀਂ ਬੰਦ ਕਰਨੇ ਸੁੱਚ ਕਰ ਇਹ ਤੁਹਾਨੂੰ ਚਲਾ ਕੇ ਤਾਂ ਹੀ ਦੱਸਿਆ ਵੀ ਅਸੀਂ ਤੁਹਾਡੇ ਸਾਹਮਣੇ ਇੱਥੇ ਬਲਦਾ ਲੱਗ ਜੇ ਇਹ ਵੇਖੋ ਇਹੋ ਹੀ ਫਾੜ ਲਈ ਇਹਨੂੰ ਹੁਣ ਇਹਦੇ 'ਤੇ ਲਾ ਦਿੰਦੇ ਇਹਨੂੰ ਹੁਣ ਚਲਾ ਕੇ ਪਹਿਲੇ ਚੈੱਕ ਕਰ ਲੈਂਦੇ ਫਿਰ ਅਸੀਂ ਤਾਰ ਕੱਢਣੇ ਹੋ ਸਕਦਾ ਟਾਂਕਾ ਦੀ ਪਿੱਛੇ ਨਾ ਹੋ ਗਿਆ ਇਹ ਦੇਖੋ ਜੀ ਬਲਬ ਸਾਡਾ ਬਲ ਗਿਆ ਇਹ ਦੇਖੋ ਮਾਸ਼ਾਅੱਲਾ ਬਲਬ ਤਿਆਰ ਹੋ ਗਿਆ ਇੰਨਾ ਕੰਮ ਸੀ ਵਿੱਚ ਇੱਕ ਦਾਣਾ ਅਸੀਂ ਕੈਂਸਲ ਕਰ ਲਿਆ ਖਰਾਬ ਸੀ ਇਹਨੂੰ ਹੁਣ ਇੱਥੋਂ ਤਾਰ ਨੂੰ ਕੱਟ ਲੈਂਦੇ ਹਾਂ ਅਸੀਂ ਠੀਕ ਹੋ ਗਿਆ ਜੀ ਇਹ ਬਲਬ ਸਾਡਾ ਹੋ ਗਿਆ ਤਿਆਰ ਇਹਨੂੰ ਅਸੀਂ ਮੇਲ ਕੇ ਤੁਹਾਡੇ ਸਾਹਮਣੇ ਚਲਾ ਕੇ ਦੱਸ ਦਿੰਦੇ ਹਾਂ ਜਨਾਬ ਇਹ ਇਹ ਮਿਲ ਗਿਆ मेरे प्यारे दोस्तों बड़ी खेत तैयार होंगे ठीक है एडा कोई औखा काम नहीं है इन आपे करो तैयार दो चार पांच दिन सड़ जाते ना कागजा मिल जाता चार या पाँह रुपये का वो लैबो तो वो सारे को ठीक कर लो ठीक है नहीं तो एक बार कागजा लिया तो सौ बारी घर जरूरत पै जाए तो तुम अपना काम कर सकते हो सोच लावे कागजा जी थोड़े सामने और सारी चीज घर आता जी है चिमनी जिसे तुम इधर इंज ला के देख सको सारे दाने शक हो जनाब ए सड़ा देखो ए सही पता लग गया जो बलदा तो मोबाइल के नेरा हो जाता जी मत आखो कि नेरे वाला बल्ब थोड़ा लिया एनू ठीक करने वास्ते जी कोई तंद नहीं लैनी कोई तंद नहीं थोड़ा भला करे थोड़े जीव बच्चे खुश रहो सदा साड़ी वीडियो पसंद आए तो साढ़े चैनल में जरूर सबसक्राइब कर लो मैं अच्छी अच्छी वीडियो देखने वास्ते प्यारे दोस्तों हर वीडियो ये काम की वीडियो होगी जी अगर दोस्तों जे तुहानू समझ ना आए तो कमेंट दे विच जरूर पूछ लियो कि भाई सानू समझ नहीं आई तो वजीर तुहानू अच्छे तरीके नाल फिर समझाने की कोशिश करांगा यह देखो जी एनू भी इस तरह कर ठीक हो गया जिदा ने सोचते हूँ तुहानू तीसरा दाने वो च कोई मुख्तलिफ फर्ज नहीं अलहम्दुलिल्लाह माशाल्लाह साडा बल्ब त्यार जी ते सोणियो ऐसे तरी त्यार कर लियो ठीक है ते ऐ दो बल्ब ठीक हो गए अच्छा हुण दोस्तों ऐ वेखो ऐ वेखो नहीं ना बल्ब जी मैं तुसे आखो ना भाई चंगे बंदे नहीं सब अच्छा वो एक कंपनी का आज थी ऐ ज्यादा कंपनी दे ते काफी देर दा पुराना और एक कंदू दा प्यार आ जी दा हो जा जान अच्छा ऐ भी कोई नहीं दी चलदा पे ठीक है ऐ नु नहीं चलाने ऐ हो गया ऐ नु ये देख रहा की मामला ऐ ओहो जे बलब जरा पहले खोल के ही देखया ही ते एदे तो सानू पता लगा कि ऐ फाल्ट हुंदे ने ते ऐ कट लग रहे देखो चिरीटा बच्चे मारी जी मैं ए खोलिया ही मैं ये तो अं मैं क्या दोस्तों भी दस लीए ए दोस्तों ये इस दाने फल जी ए अठ नंबर दान ये लिखा डी अठ डी का मतलब होता डीसी ए सारे डी चार डी तीन डी एक दो तीन चार जिने दाने ने उन्हें नंबर लिखते हैं सोलह दाने ने इस लगे अठ नंबर जोड़ा ना वो असं थोड़ू चेक करा दें बाल अठ नंबर दाना खराब है जी कि नंबर लगे देने सारे दे नंबर नहीं लगे देंगे ठीक है ऐ जी ठीक हो गए दोस्तों एक होर मैं ये तोड़ कटिया जो बड़ा काम की चीज़ यानी कि तुम जल्दी सही समझ आ जाएगा
ਜਿਹਦਾ ਪਤਾ ਲੱਗ ਜੇ ਵੀ ਇਹ ਦਾਣਾ ਖਰਾਬ ਆ, ਉਸ ਦਾਣੇ ਨੂੰ ਵਿੱਚੋਂ ਜਿਹੜਾ ਇੰਝ ਕਰਕੇ ਨਾ ਚਿਮਟੀ ਦੇ ਨਾਲ ਅਤੇ ਉਹਨੂੰ ਖੁੰਡ ਲੈਣਾ। ਜੇ ਉਹ ਵਿੱਚੋਂ ਖੁੰਡ ਲਓਗੇ ਨਾ ਤਾਂ ਫਿਰ ਤੁਹਾਨੂੰ ਦੋ ਟਾਂਕੇ ਲਾਉਣ ਦੀ ਜ਼ਰੂਰਤ ਨਹੀਂ, ਨਾ ਵਿੱਚ ਧਾਰ ਪਾਉਣ ਦੀ ਜ਼ਰੂਰਤ ਆ। ਉਹ ਫਿਰ ਇੱਥੇ ਤੁਸੀਂ ਉਂਝ ਹੀ ਇਕੱਲਾ ਟਾਂਕਾ ਰੱਖ ਸਕਦੇ ਹੋ, ਠੀਕ ਹੈ ਨਾ। ਇਹ ਦੇਖੋ ਵੀ ਜਿਨ੍ਹਾਂ ਨੇ ਸਾਡੀ ਪੂਰੀ ਵੀਡੀਓ ਵੇਖੀ ਹੈ ਨਾ, ਉਹਨਾਂ ਨੂੰ ਇਸ ਤੱਕ ਜਿਹਨਾਂ ਨੇ ਵੇਖ ਲਈ ਹੈ, ਉਹਨਾਂ ਨੂੰ ਇਨਸ਼ਾਅੱਲਾ ਹੋਰ ਸਾਨੂੰ ਵੀ ਸਾਡੇ ਵੀ ਇਲਮ ਚ ਜ਼ਿਆਦਾ ਹੋਇਆ ਅਤੇ ਉਹਦੇ ਵੀ ਇਲਮ ਚ ਜ਼ਿਆਦਾ ਦੱਸ ਦਿੰਦੇ ਹਾਂ ਕਿ ਹੋਇਆ ਕਿ ਦੇਖੋ ਕਿ ਅਸੀਂ ਅੱਗੇ ਦੋ ਟਾਂਕੇ ਨਾਲ ਲੱਗਾ ਤਾਰ ਪਾ ਕੇ ਉਹ ਲਾਉਣ ਦੀ ਜ਼ਰੂਰਤ ਨਹੀਂ, ਇੱਕੋ ਹੀ ਟਾਂਕਾ ਲਾਉਣਾ ਬਲਬ ਭਰ, ਠੀਕ ਹੈ। ਸੋਚੀ ਜਾ ਰਿਹਾ ਇਹ ਹੋਰ ਪੜ੍ਹੋ ਜਾਣਾ। ਇਹ ਦੇਖੋ ਜੀ ਨਾਜ਼ਰੀਨ, ਇਹ ਇੱਕੋ ਹੀ ਟਾਂਕਾ ਲਾਉਣ ਦੀ ਲੋੜ ਹੈ। ਹੁਣ ਉਹ ਦਾਣੇ ਦੇ ਵਿੱਚੋਂ ਚਿਮਟੀ ਨਾਲ ਕੱਢ ਕੇ ਉਹਨੂੰ ਬਾਹਰ ਖਿੱਚੋ ਅਤੇ ਇੱਕ ਟਾਂਕਾ ਲਾਉਣਾ ਬਸ, ਠੀਕ ਹੈ। ਇਹ ਟਾਂਕਾ ਲੱਗ ਗਿਆ ਜੀ ਅਤੇ ਇਹ ਹੋਰ ਤੁਹਾਡੇ ਇਲਮ 'ਚ ਵੀ ਜ਼ਿਆਦਾ ਅਤੇ ਮੇਰੇ ਇਲਮ 'ਚ ਵੀ, ਤੁਹਾਡੀ ਵੀ ਵੀਡੀਓ ਵੇਖਣ ਦਾ ਬਹੁਤ ਜ਼ਿਆਦਾ ਫਾਇਦਾ ਹੋ ਗਿਆ ਅਤੇ ਮੈਨੂੰ ਤੁਹਾਨੂੰ ਦੱਸਣ ਦਾ ਫਾਇਦਾ ਤਾਂ ਆਉਣਾ ਜੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋਗੇ, ਨਾਲ ਬੈਲ ਆਈਕਨ ਦਾ ਬਟਨ ਉਹਨੂੰ ਕਲਿੱਕ ਕਰੋਗੇ ਅਤੇ ਫਿਰ ਵੇਖਦੇ ਰਹੋਗੇ ਚੰਗੀਆਂ ਚੰਗੀਆਂ ਵੀਡੀਓ, ਅਤੇ ਫਿਰ ਸਾਨੂੰ ਵੀ ਫਾਇਦਾ ਅਤੇ ਇਨਸ਼ਾਅੱਲਾ ਤੁਹਾਨੂੰ ਵੀ ਫਾਇਦਾ ਹੁੰਦਾ। ਇਹ ਸੋਚ ਲਾ ਦਿੰਦੇ ਹਾਂ ਇਨਸ਼ਾਅੱਲਾ ਇਹ ਵੀ ਠੀਕ ਹੋ ਗਿਆ ਅਤੇ ਇੱਕੋ ਹੀ ਢਾਂਕੇ ਨਾਲ ਅੱਗੇ ਦੋ ਲਾ ਦਿੰਦੇ ਹਾਂ, ਹੁਣ ਸਾਡੇ ਇਲਮ ਚ ਇਜ਼ਾਫਾ ਹੋ ਗਿਆ, ਕੰਮ ਕਰੀਏ ਤਾਂ ਬਹੁਤ ਬਿਹਤਰੀ ਦਾ ਪਤਾ ਲੱਗਦਾ ਹੋਰ ਅਚੀਵ ਅਤੇ ਇਨਸ਼ਾਅੱਲਾ ਨਾਲੇ ਉਹ ਨਾਲੇ ਇਸ ਦਰਬਾਰ 'ਚ ਤੁਹਾਨੂੰ ਸ਼ਫਾ ਹੀ ਮਿਲੇਗੀ। ਕਿਉਂ ਜੀ ਪਿਆਰੇ ਦੋਸਤੋ ਇਹੋ ਹੀ ਮਸਲਾ ਜੀ ਇੱਕ ਦਾਣਾ ਵਿੱਚ ਸੜਿਆ ਹੁੰਦਾ। ਪਿਆਰੇ ਦੋਸਤੋ ਵੇਖ ਸਕਦੇ ਹੋ ਤੁਸੀਂ ਕਿ ਸਾਰਿਆਂ ਬਲਬਾਂ ਨੂੰ ਜਿਉਂ ਬਲਬਾਂ ਨੂੰ ਕੋਈ ਬਿਮਾਰੀ ਨਹੀਂ ਹੈ ਆਪਣੇ ਘਰ ਬਹਿ ਕੇ ਠੀਕ ਕਰਕੇ ਨਾ ਤੇ ਤੁਸੀਂ ਅੱਗ ਵੀ ਸੇਵ ਕਰ ਸਕਦੇ ਹੋ। ਇਹ ਵੇਖੋ ਇਹਨੂੰ ਐਂਜ ਕਰਕੇ ਨਾ ਫੋਟ ਲੈਣਾ, ਠੀਕ ਹੈ। ਤੇ ਉੱਥੇ ਕੋਈ ਟਾਂਕਾ ਲਾਉਣਾ ਦੋ ਲਾਉਣ ਦੀ ਜ਼ਰੂਰਤ ਕੋਈ। ਇਹ ਸਾਡੀ ਅੱਜ ਦੀ ਵੀਡੀਓ ਹੈ, ਉਮੀਦ ਹੈ ਕਿ ਤੁਹਾਨੂੰ ਪਸੰਦ ਆਈ ਹੋਏਗੀ। ਅੱਲਾਹ ਤੁਹਾਨੂੰ ਖੁਸ਼ ਰੱਖੇ। ਅੱਜ ਮੇਰੇ ਭੈਣਾਂ ਭਰਾਵਾਂ ਵਾਸਤੇ ਵੀਡੀਓ ਹੈ ਜਿਹੜੀ ਬਹੁਤ ਹੀ ਕੰਮ ਦੀ ਵੀਡੀਓ ਹੈ, ਬਹੁਤ ਹੀ ਕੰਮ ਦੀ ਵੀਡੀਓ ਹੈ। ਅੱਲਾਹ ਤੁਹਾਡਾ ਭਲਾ ਕਰੇ। ਤੁਹਾਡੀ ਵੀਡੀਓ ਪਸੰਦ ਆਈ ਹੈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ, ਨਾਲ ਜਿਹੜਾ ਬੈਲ ਦਾ ਬਟਨ ਹੈ ਉਹਨੂੰ ਵੀ ਕਲਿੱਕ ਕਰ ਦਿਓ। ਫਿਰ ਆ ਜਿਹੜੀਆਂ ਚੰਗੀਆਂ ਤੋਂ ਚੰਗੀਆਂ ਵੀਡੀਓ ਨੇ ਤੁਹਾਡੇ ਕੰਮ ਦੀਆਂ ਨੇ, ਇਹ ਕੰਮ ਆਉਣ ਵਾਲੀਆਂ ਚੀਜ਼ਾਂ ਨੇ, ਕੰਮ ਆਉਣ ਵਾਲੀਆਂ ਵੀਡੀਓ ਜਿਹੜੀਆਂ ਨੇ ਉਹ ਤੁਹਾਨੂੰ ਦੱਸਣਾ ਕਿ ਤੁਹਾਡੇ ਫਾਇਦੇ ਕੀ ਹੈ। ਸਾਡਾ ਵੀ ਇਨਸ਼ਾਅੱਲਾ ਫਾਇਦਾ ਆ ਤੇ ਤੁਹਾਡਾ ਵੀ ਇਹਦੇ ਵਿੱਚ ਅਲਹਮਦੁਲਿਲਾ ਫਾਇਦਾ ਹੀ ਹੈ। ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ ਦੋਸਤਾਂ ਨਾਲ ਤੇ ਆਪਣੇ ਮਿੱਤਰਾਂ ਨੂੰ, ਕਮੈਂਟ ਕਰਕੇ ਵੀ ਜ਼ਰੂਰ ਦੱਸਿਓ ਕਿ ਜਿਹੜੀ ਬਰਫ ਠੀਕ ਕਰਨ ਦੀ ਵੀਡੀਓ ਬਣਾਈ ਗਈ ਤੁਹਾਨੂੰ ਵੀਡੀਓ ਕਿਸਾ ਮਿਲੇ। ਅੱਲਾਹ ਪਾਕ ਤੁਹਾਨੂੰ ਸਭ ਨੂੰ ਖੁਸ਼ ਰੱਖੇ, ਆਪਣੀ ਰਹਿਮਤ ਦੇ ਸਾਥ ਰੱਖੇ ਤੇ ਇਸੇ ਦੇ ਨਾਲ ਨਾਲ ਸਦਾ ਖੁਸ਼ ਰਹੋ, ਹੱਸਦੇ ਵਸਦੇ ਰਹੋ ਤੇ ਅਰਸ਼ਦ ਵਫਾਈ ਨੂੰ ਆਪਣੇ ਦਿਲ 'ਚ ਰੱਖਿਓ ਤੇ ਦੁਆਵਾਂ ਦੇ ਵਿੱਚ ਸਾਨੂੰ ਯਾਦ ਰੱਖਿਓ। ਇਨਸ਼ਾਅੱਲਾ ਤੁਹਾਨੂੰ ਮਿਲਦੇ ਰਹਾਂਗੇ ਬਸ਼ਰਤੇ ਜ਼ਿੰਦਗੀ। ਤੇ ਮੇਰੇ ਪਿਆਰੇ ਦੋਸਤੋ ਅਗਲੀ ਵੀਡੀਓ ਤੱਕ ਇਜਾਜ਼ਤ ਚਾਹੁੰਦੇ ਆਪਣੇ ਭੈਣਾਂ ਭਰਾਵਾਂ ਕੋਲੋਂ, ਅੱਲਾਹ ਹਾਫਿਜ਼।